ਕੀਤਾ ਗਿਆ ਸੜਕ ਦਾ ਅੱਜ ਰੇਨਬੋ ਰੋਡ ਮਾਈਲਸਟੋਨ ਸਰਦਾਰ ਭਗਤ ਸਿੰਘ ਐਮਐਲਏ ਇਲਾਕਾ ਕੌਂਸਲਰ ਅਰਨਾ ਅਰੋੜਾ ਜੀ ਸਹਿਗਲ ਸਾਹਿਬ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਐਮਐਲਏ ਦੀ ਅਗਵਾਈ ਚ ਅੱਜ ਸੜਕ ਦਾ ਉਦਘਾਟਨ ਹੁਣ ਜਾ ਰਿਹਾ ਤੇ ਅਸੀਂ ਇਹ ਸ਼ੁਰੂਆਤ ਇੱਥੇ ਕੀਤੀ ਅਸੀਂ ਸ਼ਹਿਰ ਦੇ ਵਿੱਚ ਹਰ ਇਲਾਕੇ ਚ ਪੂਰੀ ਪੂਰੀ ਅਸੀਂ ਡਿਵੈਲਪਮੈਂਟ ਕਰਾਵਾਂਗੇ ਕੋਈ ਵੀ ਇੱਦਾਂ ਦਾ ਅਧੂਰਾ ਕੰਮ ਨਹੀਂ ਛੱਡਾਂਗੇ ਔਰ ਕੁਆਲਿਟੀ ਦੇ ਅਸੀਂ ਕੋਈ ਕੰਪਰੋਮਾਈਜ਼ ਕਰਾਂਗੇ ਵਧੀਆ ਸੜਕਾਂ ਬਣਾਵਾਂਗੇ ਔਰ ਇਹਨਾਂ ਐਮਐਲਏ ਕੋਲ ਅਸੀਂ ਦਿਸ਼ਾ ਨਿਰਦੇਸ਼ ਲੈ ਕੇ ਇੱਦਾਂ ਦੀ ਸੜਕਾਂ ਬਣਾਵਾਂਗੇ ਹਾਂਜੀ ਸਰ ਜਿਹੜਾ ਉਦਘਾਟਨ ਕੀਤਾ ਗਿਆ ਸੜਕ ਦਾ ਇਸ ਬਾਰੇ ਇਹ ਇਸ ਸੀਜ਼ਨ ਦੀ ਔਰ ਸਾਡੇ ਮੇਅਰ ਸਾਹਿਬ ਦੀ ਸ਼ੁਰੂਆਤ ਜਿਹੜਾ ਖਾਸ ਕਰਕੇ ਡਿਵੈਲਪਮੈਂਟ ਤੋਂ ਔਰ ਇਹ ਜਿਹੜੀ ਰੇਨਬੋ ਰੋਡ ਮਾਡਲ ਟਾਊਨ ਹੈ 42 ਲੱਖ ਦਾ ਕੰਮ ਹੈ ਔਰ ਸਾਰੇ ਆਫੀਸਰਸ ਔਰ ਜਿਹੜੇ ਸਾਡੇ ਕੌਂਸਲਰ ਸਾਹਿਬਾਨ ਰਹਿੰਦੇ ਹੋ ਮੇਅਰ ਸਾਹਿਬ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਸ਼ੁਰੂਆਤ ਜਿਹੜੀ ਆ ਉਹ ਕੈਂਟ ਕੌਂਸਟੀਚੁਐਂਸੀ ਤੋਂ ਕੀਤੀ ਆ ਔਰ ਹੋਪਫੁਲੀ ਅਸੀਂ ਸਾਰੇ ਰਲ ਕੇ ਜਿਹੜੀਆਂ ਵੀ ਕਾਰਪੋਰੇਸ਼ਨ ਦੇ ਸੰਬੰਧਿਤ ਸਮੱਸਿਆਵਾਂ ਹੈਗੀਆਂ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੱਲ ਕੱਢ ਕੇ ਔਰ ਜਿਹੜੇ ਸ਼ਹਿਰ ਦੇ ਸਿਟੀਜ਼ਨਸ ਆ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਜਿਹੜਾ ਔਰ ਚੰਗਾ ਇਨਵਾਇਰਮੈਂਟ ਜਿਹੜਾ ਜਲੰਧਰ ਦਾ ਉਹ ਬਣਾ ਕੇ ਦਿੱਤਾ।